ਮੈਂ ਹਾਂ ਤੁਹਾਡਾ ਆਪਦਾ ਮਨਕੀਰਤ ਸਿੰਘ ਅਹੋਲਕ ਰੀਪ੍ਰੈਜ਼ੈਂਟਿੰਗ ਦ ਸੌਂਗ ਆ ਗਈ ਤੇਰੀ ਮਾਹਾ ਵਿਦ ਦ ਮਿਊਜ਼ਿਕ ਆਫ ਗੁਰਮੋਹੋ ਯੇਆ ਦਿਸ ਇਜ਼ ਗੁਰਮੋਹੋ ਜਸਟ ਚੈਕ ਦਿਸ ਯੋ ਮੈਨ ਯੂ ਵਾਂਟ ਮੀ ਟੂ ਯੂ ਵਾਂਟ ਟੂ ਫ੍ਰੀ ਗੋ ਵੀਰ ਤੇਰੇ ਫੇਰ ਤੇ ਆ ਡਾਂਗਾ ਮੋਢੇ ਚੱਕੀ ਜੱਟ ਨੇ ਤਨਾ ਹੀ ਪੱਕੀ ਗੱਡੀ ਵਿੱਚ ਰੱਖੀ ਹੋ ਯੇਆ ਯੇਆ ਸਾਡੇ ਘਰ ਲਾਮਾ ਲੈ ਕੇ ਆ ਗਈ ਤੇਰੀ ਮਾਂ ਉਹ ਪੁੱਛਿਆ ਸੀ ਨਾ ਕਿਹੜਾ ਫੜ ਲਈ ਸੀ ਮਾਂ ਸਾਡੇ ਘਰ ਲਾਮਾ ਲੈ ਕੇ ਆ ਗਈ ਤੇਰੀ ਮਾਂ ਪੁੱਛਿਆ ਸੀ ਨਾ ਕਿਹੜਾ ਫੜ ਲਈ ਸੀ ਮਾਂ ਸਾਡੇ ਘਰ ਲਾਮਾ ਲੈ ਕੇ ਆ ਗਈ ਤੇਰੀ ਮਾਂ ਤੇਰੀ ਗੱਲ ਬਾਤ ਨੀ ਮਿਲਣ ਤੂੰ ਜਾਵੇ ਸੁੱਖ ਨੂੰ ਅੱਧੀ ਰਾਤ ਨੀ ਸੁਣਿਆ ਮੈਂ ਰਵੀ ਨਾਲ ਤੇਰੀ ਗੱਲ ਬਾਤ ਨੀ ਮਿਲਣ ਤੂੰ ਜਾਵੇ ਸੁੱਖ ਨੂੰ ਕਿਤੇ ਰਾਤ ਨੀ ਗੱਲਾਂ ਸਭ ਦਊ ਲਵੀ ਮੂੰਹ ਤੇ ਸੜਾ ਨਿੱਕੀ ਜਿਹੀ ਗੱਲ ਦਿੱਤੀ ਕਿੰਨੀ ਤੂੰ ਬਣਾ ਸਾਡੇ ਘਰ ਲਾਮਾ ਲੈ ਕੇ ਆ ਗਈ ਤੇਰੀ ਮਾਂ ਪੁੱਛਿਆ ਸੀ ਨਾ ਕਿਹੜਾ ਫੜ ਲਈ ਸੀ ਮਾਂ ਸਾਡੇ ਘਰ ਲਾਮਾ ਲੈ ਕੇ ਆ ਗਈ ਮਸਾ ਮਸਾ ਜੋ ਬਨੇ ਤੇ ਬੁੱਲਾਂ ਵਿੱਚ ਆਈ ਨੀ ਨਿੱਕੀ ਜਿਹੀ ਗੱਲ ਨੀ ਮੈਂ ਦਿਲ ਚ ਲਕਾਈ ਨੀ ਮਸਾ ਮਸਾ ਗੁਜਰ ਤੇ ਬੁੱਲਾਂ ਵਿੱਚ ਆਈ ਨੀ ਨਹੀਂ ਸੀ ਪਸੰਦ ਜੋ ਤੇ ਕਰ ਦਿੰਦੀ ਨਾ ਕਿਹੜੀ ਗੱਲ ਹੋ ਗਈ ਤੂੰ ਸਾਧੂ ਤੋਂ ਪਛਾ ਸਾਡੇ ਘਰ ਲਾਮਾ ਲੈ ਕੇ ਆ ਗਈ ਤੇਰੀ ਮਾਂ ਪੁੱਛਿਆ ਸੀ ਨਾ ਕਿਹੜਾ ਫੜ ਲਈ ਸੀ ਮਾਂ ਸਾਡੇ ਘਰ ਲਾਮਾ ਲੈ ਕੇ ਆ ਗਈ ਤੇਰੀ ਮਾਂ ਕਿਹੜਾ ਫੜ ਲਈ ਸੀ ਮਾਂ ਸਾਡੇ ਘਰ ਲਾਮਾ ਲੈ ਕੇ ਆ ਗਈ ਤੇਰੀ ਮਾਂ ਸਾਡੇ ਘਰ ਲਾਮਾ ਲੈ ਕੇ ਆ ਗਈ ਤੇਰੀ ਮਾਂ ਪੁੱਛਿਆ ਸੀ ਨਾ ਕਿਹੜਾ ਫੜ ਲਈ ਸੀ ਮਾਂ ਸਾਡੇ ਘਰ ਲਾਮਾ ਲੈ ਕੇ ਆ ਗਈ ਤੇਰੀ ਮਾਂ ਪੁੱਛਿਆ ਸੀ ਨਾ ਕਿਹੜਾ ਫੜ ਲਈ ਸੀ ਮਾਂ ਸਾਡੇ ਘਰ ਲਾਮਾ ਲੈ ਕੇ ਆ ਗਈ ਤੇਰੀ ਮਾਂ ਓਏ ਕੀ ਜਰਾ ਜੱਦ ਪੁੱਛ ਲੈ ਲਗਾ ਇੰਨੀ ਵਿੱਚ ਸੋਹਣੀ ਜਿੰਨੀ ਹਵਾ ਗਈ